मैनु पछाणदा नहीं होए नंबर नहीं सेव किया मेरा और की प्रोग्राम है मेरा अज का चल ठीक है चंगा फिर चुप काते करके नाले इन्हें हैरान क्यों हो रहे हो और मैं ता तां कह रही सी तुसी मेरे करके ना घरे ना बैठे हो तुसी अपना काम ते जाओ जॉब जॉब मैं लभदा पिया हजे जदों मिलूगी उदों जाऊंगा लभ रहा पर तुसी तां पक्की नौकरी ते सी पक्की नौकरी हाँ हैगी सीगी नौकरी पता की होया जदों अपना ब्याह सीगा मैनू उदों एडवांस की लोड़ सी मैं मालक नूं कहा मैं कहा भी मैनू एडवांस दे दे ओह कहिंदा एडवांस है नहीं गा मैं फिर उन्होंने कहता भी मेरे को काम भी नहीं है मतलब मैं फिर उत्थे काम नहीं किया वो जेड़ा मेरे औखे टाइम नहीं काम आया उहदा काम क्यों करा तुसी पक्की नौकरी छड़ती हाँ छड़ती नाले इन्ने सवाल जवाब जी ना करया कर मिंदो तू बिंदी लाई हुई नहीं जा बिंदी ला सोहनी लगती है मैं काम देखना जाके लभ के आना काम ठीक है सोचना सी कि खर्चे वधने आ कि घटने आ मैं तां आ बैठी आ ते पैसे लेके ही जाऊं ਵਿਆਹ ਤੋਂ 15 ਦਿਨ ਬਾਅਦ ਪੈਸੇ ਮੁੜਨ ਦੀ ਗੱਲ ਕੀਤੀ ਸੀ ਤੇ ਅੱਜ ਪੂਰੇ 2 ਮਹੀਨੇ ਹੋ ਗਏ ਗਾਹਾਂ ਤੁਹਾਡੀ ਗੱਲ ਤੇ ਯਕੀਨ ਕਰੂੰਗੀ ਮੈਂ 2 ਮਹੀਨੇ ਹੋ ਗਏ ਇੱਕ ਪੰਜੀ ਨਹੀਂ ਵਾਪਸ ਆਈ ਨੀ ਹੌਲੀ ਬੋਲ ਨੀ ਹੁਣ ਮੈਂ ਇਕੱਲੀ ਨਹੀਂ ਰਹਿੰਦੀ ਮੇਰੀ ਨੌ ਵੀ ਮੇਰੇ ਨਾਲ ਰਹਿੰਦੀ ਹੈ ਨਾਲੇ ਤੂੰ ਨਿੱਤ ਗੇੜੇ ਨਾ ਲਾਇਆ ਕਰ ਚੰਗਾ ਨਹੀਂ ਲੱਗਦਾ ਜੇ ਉਹਨੇ ਸੁਣ ਲਿਆ ਤੇ ਅਗਲੀ ਕੀ ਸੋਚੂਗੀ ਉਹ ਮੈਨੂੰ ਇਹਦੇ ਨਾਲ ਕੋਈ ਮਤਲਬ ਨਹੀਂ ਕੋਈ ਤੇਰੇ ਬਾਰੇ ਕੀ ਸੋਚਦਾ ਤੇ ਕੀ ਨਹੀਂ ਮੈਨੂੰ ਮੇਰੇ ਪੈਸੇ ਦੇ ਮੈਂ ਨਹੀਂ ਮੁੜ ਕੇ ਇੱਥੇ ਆਉਂਦੀ ਦੇ ਦਾਂਗੇ ਪਹਿਲਾਂ ਮੇਰਾ ਮੁੰਡਾ ਸੈੱਟ ਹੋ ਜਾਵੇ ਸਭ ਤੋਂ ਪਹਿਲਾਂ ਤੇਰੀ ਪੈਸੇ ਮੋੜਾਂਗੇ ਉਹ ਸੈੱਟ ਤਾਂ ਅਜੇ ਤੱਕ ਅਸੀਂ ਨਹੀਂ ਹੋਏ ਤੇਰਾ ਮੁੰਡਾ ਕਿੱਥੋਂ ਹੋ ਜੂ ਜਿਹੜਾ ਕੋਈ ਕੰਮ ਹੀ ਨਹੀਂ ਕਰਕੇ ਰਾਜੀ ਕਦੀ ਇੱਧਰ ਫਿਰ ਲਿਆ ਕਦੀ ਉੱਧਰ ਫਿਰ ਲਿਆ ਹੋਰ ਉਹਨੂੰ ਕੋਈ ਕੰਮ ਹੀ ਨਹੀਂ ਨਹੀਂ ਬਸ ਕਰ ਦੇ ਦਾਂਗੇ ਤੇਰੇ ਪੈਸੇ ਇੱਕ ਮਹੀਨਾ ਰੁਕ ਜਾ ਪਰ ਇੱਕ ਮਹੀਨੇ ਦੇ ਵਿੱਚ ਦੁਬਾਰਾ ਗੇੜਾ ਨਾ ਲਾਈ ਮੈਂ ਆਪੇ ਦੇ ਦੂੰਗੀ ਮੈਂ ਤੈਨੂੰ ਆਖਰੀ 1 ਮਹੀਨੇ ਦਾ ਟਾਈਮ ਦਿੱਤਾ ਗੇੜਾ ਮਾਰਨ ਤਾਂ ਐ ਕਹਿੰਦੀ ਆ ਜਿਵੇਂ ਮੈਂ ਤੇਰੀ ਕਰਜ਼ਦਾਰ ਹੋਵਾਂ 1 ਮਹੀਨੇ ਬਾਅਦ ਆਪ ਆ ਕੇ ਦੇ ਦੀ ਨਹੀਂ ਤਾਂ ਮੈਂ ਆ ਗਈ ਤੇਰੇ ਕੋਲ ਨਹੀਂ ਤੇਰੀ ਨੂੰਹ ਕੋਲ ਸਸੀ ਗੱਲ ਜੀ ਇਹ ਕੀ ਕਰ ਰਹੀ ਸੀ ਪੈਸੇ ਮੰਗ ਲਿਆ ਹੋਰ ਇਹਨੇ ਕੀ ਕਹਿਣ ਆਉਣਾ 20 ਵਾਰ ਕਿਹਾ ਤੈਨੂੰ ਮੈਂ ਆ ਜਨਾਨੀ ਦੀ ਕੁੱਛੜ ਤੋਂ ਨਿਕਲ ਆਇਆ ਕਰ ਵੀ ਕਿਤੇ ਕੰਮ ਤੇ ਲੱਗ ਜਾ ਮੰਮੀ ਲੱਗਿਆ ਤਾਂ ਹੋਇਆ ਮੈਂ ਕੰਮ ਲੱਭਣ ਹੈ ਹੁਣ ਦੱਸ ਮੈਂ ਕਿੱਥੋਂ ਕੰਮ ਪੈਦਾ ਕਰ ਲਵਾਂ ਆਪਣੇ ਵਾਸਤੇ ਨਹੀਂ ਹੈਗਾ ਕੰਮ ਕਿਤੇ ਜਦੋਂ ਲੱਭੂਗਾ ਉਦੋਂ ਕਰ ਲੂੰਗਾ ਨਾ ਘਰੇ ਬਹਿ ਕੇ ਤੈਨੂੰ ਕੰਮ ਲੱਭ ਜੂਗਾ ਉਹ ਹੁਣ ਤੱਕ ਤਾਂ ਚੱਲੀ ਜਾਂਦਾ ਸੀ ਜਿੱਦਣ ਮਿੰਦੋ ਨੂੰ ਪਤਾ ਲੱਗ ਗਿਆ ਨਾ ਵੀ ਮੇਰੇ ਘਰ ਵਾਲਾ ਬਿੱਲਾ ਰਹਿੰਦਾ ਫੇਰ ਪਤਾ ਲੱਗੂਗਾ ਤੈਨੂੰ ਪਤਾ ਕੀ ਲੱਗਣਾ ਪਤਾ ਤਾਂ ਲੱਗ ਗਿਆ ਉਹਨੂੰ ਹੈ ਉਹਨੂੰ ਕਿਵੇਂ ਪਤਾ ਲੱਗ ਗਿਆ ਕਿਵੇਂ ਪਤਾ ਲੱਗ ਗਿਆ ਇਹ ਨਾ ਪੁੱਛ ਪਤਾ ਲੱਗ ਗਿਆ ਬਸ ਹੁਣ ਤਾਂ ਮੈਂ ਗੱਲ ਕੋਲ ਮਟੋਲ ਕਰਿਆ ਆ ਪਰ ਮੈਨੂੰ ਨਹੀਂ ਲੱਗਦਾ ਵੀ ਉਹਨੂੰ ਬੇਵਕੂਫ ਬਣਾ ਸਕੂੰਗਾ ਪਰ ਮੈਂ ਪਹਿਲਾਂ ਹੀ ਕਿਹਾ ਸੀਗਾ ਵੀ ਵਿਆਹ ਤੋਂ ਪਹਿਲਾਂ ਹੀ ਦੱਸ ਦਿਓ ਵੀ ਹਜੇ ਮੁੰਡਾ ਕੰਮ ਤੇ ਲੱਗਿਆ ਨਹੀਂ ਲੱਗਣਾ ਪਰ ਨਾ
ਤੁਸੀਂ ਤਾਂ ਸਾਡਾ ਮੁੰਡਾ ਤਾਂ ਹੀ ਪੱਕੀ ਨੌਕਰੀ ਤੇ ਕਰੋ ਗੱਲ ਉਹਦੇ ਨਾਲ ਆਹੋ ਫੇਰ ਤਾਂ ਤੈਨੂੰ ਵਿਹਲੇ ਨੂੰ ਦੇ ਦਿੰਦਾ ਅਗਲਾ ਕੁੜੀ ਉਹ ਇੰਨਾ ਕੁ ਤਾਂ ਝੂਠ ਬੋਲਣਾ ਹੀ ਪੈਂਦਾ ਹੁਣ ਮੇਰੀ ਗੱਲ ਸੁਣ ਉਹਨੂੰ ਪਤਾ ਲੱਗਣ ਤੋਂ ਪਹਿਲਾਂ ਪਹਿਲਾਂ ਨਾ ਕੋਈ ਕੰਮ ਦੇਖ ਲਾ ਲੱਭ ਲੈਣਾ ਉਹ ਹੀ ਟੈਨਸ਼ਨ ਦੇ ਦਿੰਦੇ ਹੋ ਹੁਣ ਮੈਨੂੰ ਫੇਰ ਆਰਾਮ ਕਰਨਾ ਪਊਗਾ मकान च रहने हो ना यह मेरा मेनू ही पुछने केड़ी चीज का किराया किराए ते रहने हो नहीं नहीं वीरे लगता तुसी गलत थां ते आ गए ये तो इन्होंने नाम ते आ मतलब ये तो साडा घर आ लगता भैने तेनू पता नहीं या फिर तेनू दस्या नहीं ये इत्थे 8 साल तो रह रहे ने वह भी किराए ते महीने की महीने मैं इन्हां कोलों हर वार आउंदा इन्होंने मैनू किराया कदे कट्ठा नहीं दिता कदे 2 महीने का कदे 3 महीने का जो हो जाता फिर दिंदे ने मिंदा कौन आया ਪੁੱਤ ਤੂੰ ਹਾਂਜੀ ਮੈਂ ਮਿਹਰਬਾਨੀ ਕਰਕੇ ਮੈਨੂੰ ਕਿਰਾਇਆ ਦੇ ਦੋਗੇ ਮੈਨੂੰ ਪੈਸੇ ਚਾਹੀਦੇ ਆ ਪੁੱਤ ਮੈਂ 1-2 ਜਾਣੇ ਤੋਂ ਪੈਸੇ ਲੈਣੇ ਨੇ ਜਿਵੇਂ ਹੀ ਉਹ ਦਿੰਦੇ ਨੇ ਮੈਂ ਉਵੇਂ ਹੀ ਪਹੁੰਚ ਤੇ ਕਰ ਦਿੰਦੀ ਹਰ ਵਾਰ ਵਾਂਗੂ ਆਂਟੀ ਫੇਰ ਲਾ ਰਹਾ ਠੀਕ ਹੈ ਜੀ ਮੈਂ ਬੁੱਧਵਾਰ ਨੂੰ ਆਉਣਾ ਤੇ ਹੱਥ ਜੋੜ ਕੇ ਬੇਨਤੀ ਕਰਦਾ ਮੇਰਾ ਦੁਬਾਰਾ ਗੇੜਾ ਨਾ ਲਵਾਇਓ ਇਹ ਟੈਂਟ ਵਾਲਾ ਭਾਈ ਸੀ ਇਹਦੇ ਮਾੜੇ ਜਿਹੇ ਪੈਸੇ ਰਹਿੰਦੇ ਆ ਉਹ ਲੈਣ ਆਇਆ ਸੀ ਬਸ ਕਰੋ ਮੰਮੀ ਹੋਰ ਕਿੰਨਾ ਕੁ ਝੂਠ ਬੋਲੋਗੇ ਮੈਂ ਕਿਹੜਾ ਝੂਠ ਬੋਲਿਆ ਤੂੰ ਕਿਹੜਾ ਨੂੰ ਜਾਣਦੀ ਆ ਹਾਂ ਜਾਣਦੀ ਆ ਇਹ ਉਹੀ ਬੰਦਾ ਨਾ ਜਿਹਦੇ ਕਿਰਾਏ ਤੇ ਆਪਾਂ ਰਹਿੰਦੇ ਆ ਜਦ ਰਿਸ਼ਤਾ ਕੀਤਾ ਸੀ ਤਾਂ ਇੰਨਾ ਝੂਠ ਕਿਉਂ ਬੋਲਿਆ ਮੁੰਡਾ ਤਾਂ ਪੱਕੀ ਨੌਕਰੀ ਤੇ ਆ 20,000 ਰੁਪਏ ਲੈਂਦਾ ਸਾਡਾ ਤਾਂ ਆਪਣਾ ਘਰ ਆ ਉਹ ਵੀ ਮੁੰਡੇ ਦੇ ਨਾਮ ਤੇ ਲਵਾਇਆ ਹੋਇਆ ਪਰ ਹੈ ਕਿ ਸਾਰਾ ਕੁਛ ਉਲਟ ਪੱਕੀ ਨੌਕਰੀ ਛੱਡੋ ਇਹਨਾਂ ਕੋਲ ਤਾਂ ਕੱਚੀ ਨੌਕਰੀ ਵੀ ਨਹੀਂ ਕੰਮ ਤਾਂ ਇਹਨਾਂ ਨੇ ਕੀ ਕਰਨਾ ਤੁਹਾਡੇ ਕੋਲ ਤਾਂ ਆਪਣਾ ਮਕਾਨ ਵੀ ਨਹੀਂ ਹੈਗਾ ਕੋਈ ਨਹੀਂ ਪੁੱਤ ਹੌਲੀ ਹੌਲੀ ਆਪਣਾ ਸਭ ਕੁਛ ਬਣ ਜੂ ਮੁੰਡਾ ਕੰਮ ਤੇ ਵੀ ਲੱਗ ਜੂ ਬਣ ਜੂ ਬਣਿਆ ਤਾਂ ਹੈ ਨਹੀਂ ਲੱਗ ਜੂ ਲੱਗਿਆ ਤਾਂ ਹੈ ਨਹੀਂ ਮੰਮੀ ਤੁਸੀਂ ਰਿਸ਼ਤਾ ਕਰਨ ਵੇਲੇ ਝੂਠ ਕਿਉਂ ਬੋਲਿਆ ਸਿਰਫ ਇਹ ਸੋਚ ਕੇ ਵੀ ਵਿਆਹ ਤੋਂ ਬਾਅਦ ਬਣ ਜੂ ਤੇ ਲੱਗ ਜੂ ਜਿਹੜਾ ਕੁਛ ਸੱਚ ਸੀ ਤੁਸੀਂ ਉਹ ਸਾਰਾ ਕੁਛ ਮੂਹਰੇ ਧਰ ਦੇ ਜੇ ਮੇਰੇ ਮਾਂ ਪਿਓ ਨੂੰ ਮਨਜ਼ੂਰ ਹੁੰਦਾ ਤਾਂ ਉਹ ਰਿਸ਼ਤਾ ਕਰ ਦਿੰਦੇ ਨਹੀਂ ਰਹਿਣ ਦਿੰਦੇ ਤੁਹਾਨੂੰ ਪਤਾ ਹੁਣ ਮੈਂ ਇਹੋ ਜਿਹੀ ਥਾਂ 'ਤੇ ਖੜ ਗਈ ਹਾਂ ਮੈਨੂੰ ਸਮਝ ਨਹੀਂ ਆ ਰਿਹਾ ਵੀ ਮੈਂ ਆਪਣੀ ਜ਼ਿੰਦਗੀ 'ਚ ਅੱਗੇ ਵਧਾਂ ਕਿ ਇੱਥੇ ਹੀ ਰੁਕ ਜਾਵਾਂ ਮੈਂ ਮੰਨਦੀ ਹਾਂ ਕੱਲ੍ਹ ਨੂੰ ਹਾਲਾਤ ਵਧੀਆ ਵੀ ਹੋ ਸਕਦੇ ਆ ਤੁਸੀਂ ਜਿਹੜਾ ਕੁਛ ਵੀ ਝੂਠ ਬੋਲਿਆ ਉਹ ਲੁੱਕ ਵੀ ਸਕਦਾ ਪਰ ਮੰਮੀ ਇਹ ਸੋਚਿਆ ਜੇ ਤੂੰ ਉਲਟ ਹੋਇਆ ਸਾਰਾ ਕੁਛ ਫਿਰ ਮੰਮੀ ਤੁਸੀਂ ਤਾਂ ਸਿਆਣੇ ਹੋ ਤੁਹਾਨੂੰ ਤਾਂ ਚੰਗੀ ਤਰ੍ਹਾਂ ਪਤਾ ਵੀ ਜਦੋਂ 2 ਸਿਰ ਜੁੜਦੇ ਆ ਤਾਂ ਰਿਸ਼ਤਾ ਬਣਦਾ ਅਤੇ ਉਹ ਰਿਸ਼ਤਾ ਜੇ ਸੱਚ ਦੀ ਬੁਨਿਆਦ 'ਤੇ ਖੜ੍ਹਾ ਹੋਵੇ ਨਾ ਤਾਂ ਜ਼ਿਆਦਾ ਚਿਰ ਟਿਕਦਾ ਜੇ ਉਹਦੇ ਵਿੱਚ ਝੂਠ ਆ ਜਾਵੇ ਫਿਰ ਟੁੱਟਣ ਨੂੰ ਮਿੰਟ ਨਹੀਂ ਲੱਗਦਾ ਕਿਸੇ ਦੀ ਧੀ ਦੇ ਨਾਲ ਝੂਠ ਬੋਲ ਕੇ ਆਪਣਾ ਪੁੱਤ ਵਿਆਹਣਾ ਇਹ ਤਾਂ ਮੰਮੀ ਸਭ ਤੋਂ ਵੱਡਾ ਗੁਨਾਹ ਸ਼ਾਇਦ ਤੁਹਾਨੂੰ ਤਾਂ ਨਹੀਂ ਪਤਾ ਕਿਉਂਕਿ ਤੁਹਾਡੇ ਆਪਣੇ ਧੀ ਨਹੀਂ ਨਾ ਹੈਗੀ ਜੇ ਹੁੰਦੀ ਨਾ ਤਾਂ ਦੂਜੇ ਦੀ ਧੀ ਨਾਲ ਕੁਛ ਗਲਤ ਕਰਨ ਤੋਂ ਪਹਿਲਾਂ ਇਹ ਜ਼ਰੂਰ ਸੋਚਦੇ ਵੀ ਆਹੀ ਕੁਛ ਮੇਰੀ ਧੀ ਨਾਲ ਵੀ ਹੋ ਸਕਦਾ ਜੇ ਹੁੰਦੀ ਨਾ ਤਾਂ ਦੂਜੇ ਦੀ ਧੀ ਨਾਲ ਕੁਛ ਗਲਤ ਕਰਨ ਤੋਂ ਪਹਿਲਾਂ ਇਹ ਜ਼ਰੂਰ ਸੋਚਦੇ ਵੀ ਆਹੀ ਕੁਛ ਮੇਰੀ ਧੀ ਨਾਲ ਵੀ ਹੋ ਸਕਦਾ ਜਿਨ੍ਹਾਂ ਨੇ ਇਹ ਵੀਡੀਓ ਸ਼ੇਅਰ ਕੀਤੀ ਆ ਉਹਨਾਂ ਦਾ ਤਹਿ ਦਿਲੋਂ ਥੈਂਕਸ ਕਰਦੇ ਹਾਂ ਜੀ ਹੋਰ ਵੀ ਸ਼ੇਅਰ ਕਰਿਓ ਇਹ ਵੀਡੀਓ ਜਿਹੜੀ ਹੈ ਸਾਨੂੰ ਇੱਕ ਭੈਣ ਨੇ ਭੇਜੀ ਹੈ ਜੀ ਜਿਹਦੇ ਨਾਲ ਇਹ ਅਸਲ ਦੇ ਵਿੱਚ ਹੋਇਆ ਵਿਆਹ ਤੋਂ ਪਹਿਲਾਂ ਉਹਨੂੰ ਬਹੁਤ ਕੁਛ ਦੱਸਿਆ ਗਿਆ ਬਈ ਮੁੰਡਾ ਐਂ ਕਰਦਾ ਮੁੰਡੇ ਦੀ ਨੌਕਰੀ ਆ ਘਰ ਬਾਰ ਸੋਹਣਾ ਆ ਤਰੱਕੀਆਂ ਨੇ
थोड़ी कुड़ी राज करूगी, खुश रहूगी। चलो भैन वो खुश तो है, किसी नूं जदों झूठ बोलते हैं ना कि उहदे कोल इह चीज़ है नहीं, जां पहले यही कहा जाता कि मुंडे कोल सारा कुछ हैगा जी, कम कार वधिया करदा, फिर बाद च पता लगता भी वह कम भी नहीं करता, घर वेला रहिंदा। उदों उन्हां माँ प्यो ते की बीतदी आ जिन्हां ने अपनी धी दित्ती हुंदी आ, ते उस धी दे उत्ते की बीतदी आ जिहड़ी ब्याह के उस घर दे विच गई हुंदी आ। सोच के देखियो एक बार भी वो दिल नूं कितना धक्का लगता होगा इस चीज़ नूं लैके। बाकी जिन्हें जिन्हां दे किराए दे मकान ने अपने मकान बन जाते हैं, बहुत बहुतियां दे बनते हैं जी। साड़ी अरदास है भी जिन्हां दे कोल किराए दे मकान ने उन्हां दे अपने मकान जल्दी होण। पर किसी नूं झूठ बोल के फसा के कदे इदां नहीं करना चाहिए, धोखा नहीं करना चाहिए, खास करके किसी धी दे मापिआं नाल, किसी दी धी नाल कदे भी इदां ना करो। जो कुछ है सच दस दो। बहुत थावां दे उत्ते सुणिआ कि पहला तनखाह दस दित्ती जांदी है कि मुंडा तां जी 20,000 कमाउंदा, 40,000 कमाउंदा, पता तां ब्याह तों बाद लगदा वी मुंडा तां जी कुछ भी नहीं करदा। कई बार ये तो उल्ट भी हो जाता कि हाँ साडा मुंडा जी नशा बिल्कुल भी नहीं करता। हाँ ते ये भी कह जाता भी बिल्कुल नहीं पींदा, पर बाद च पता लगता कि शाम को 4 बजे उहदी शाम हो जाती है, मतलब दुपहरे 4 बजे उहदी शाम हो जाती है। इशारा समझ गए होंगे, इदां ना करिया करो जी, क्योंकि इहदी सज़ा थानू कोई इंसान तो दे नहीं सकता, पर वह उपर वाले ने थानू दे देनी है। वो तो बचो, हमेशा सच बोलो, किसी नाल धोखा ना करो। जदों आपां इक रिश्ता जोड़दे आ जो सच दी बुनियाद दे उत्ते होवे ना तां उहदे वर्गी रीस नहीं, पर जदों उहदे विच झूठ आ जांदा ना तां इक झूठ नूं लुकाउण लई बंदा किन्ने ही झूठ बोलदा, तो एक एक करके जो सामने आते हैं और रिश्ते जुड़ते नहीं, उन्होंने फिक पैनी शुरू हो जाती है। सो आप जो रिश्ता जोड़ रहे हैं आप फिक पाने वास्ते तो जोड़ते नहीं, इस करके पहले ही सच बोल के चलो, मंजूर आ धी के मापे करे, नहीं मंजूर हैगा तो थोनू ये तो है नहीं कि होर कित रिश्ता होना ही नहीं। सो झूठ ना बोलो, भैन साधियां सांझिया होंदिया ने, धियां साधियां सांझिया होंदिया ने, किसी पढ़ी लिखी धी भैन की ज किसी की भी इदा तुम जिंदगी बर्बाद ना करो, क्योंकि जिंदगी बर्बाद होने वाला ही काम हो जाता। क्योंकि जो ब्याह तो पहले दसिया जाता कि हाँ मुंडा इदा आ जॉब कर रहा उन्हों का घर बार, एक कितना धी मन के बहुत गल् सोच लेंदी है, पर जो वह ब्याह के जाती है उन्होंने सारा कुछ उल्ट मिलता, तो फिर तुम देखो धी के उत्ते की दिल के उत्ते बीतती होगी। पेज में लाइक करो, चैनल में सबसक्राइब करो, तो बैल आइकॉन का जोड़ा बटन है उन्होंने जरूर दब दौ। दो बटन तुम जरूर दबने, एक बैल आइकॉन तो एक शेयर का, एक लाइक का, तीन बटन हो गए, ये तीन बटन जरूर दबो जी। थैंक यू सो मच।